ਦੁਨੀਆ ਦੇ ਵਿੱਚ ਹਰ ਇੱਕ ਕਲਾਕਾਰ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਸਨੂੰ ਲੋਕ ਉਸਦੇ ਕੰਮ ਲਈ ਜ਼ਰੂਰ ਯਾਦ ਰੱਖਣ ਅਤੇ ਦੁਨੀਆ ਭਰ ਦੇ ਵਿੱਚ ਮੈਡਮ ਤੁਸਾਡ ਮਿਊਜ਼ੀਅਮ ਜਿਸ ਦੇ ਵਿੱਚ ਵੈਕ ਸਕਲਪਚਰਸ ਅਤੇ ਸਟੈਚੂਸ ਬਣਾਏ ਜਾਂਦੇ ਨੇ ਉਹ ਇਹਨਾਂ ਕਲਾਕਾਰਾਂ ਦੀ ਮਿਹਨਤ ਅਤੇ ਹਾਰਡ ਵਰਕ ਨੂੰ ਉਹਨਾਂ ਦੇ ਵੈਕ ਸਟੈਚੂਸ ਦੇ ਵਿੱਚ ਬਖੂਬੀ ਦਰਸਾਉਂਦੇ ਵੀ ਨੇ ਅਤੇ ਬਾਲੀਵੁੱਡ ਦੇ ਕਈ ਸੁਪਰਸਟਾਰਸ ਜਿਵੇਂ ਕਿ ਅਮਿਤਾਭ ਬੱਚਨ, ਸਲਮਾਨ ਖਾਨ, ਐਸ਼ਵਰਿਆ ਰਾਏ ਦੇ ਕਈ ਸਟੈਚੂਸ ਮੈਡਮ ਤੁਸਾਡ ਮਿਊਜ਼ੀਅਮ ਦੇ ਵਿੱਚ ਵੀ ਬਣੇ ਹੋਏ ਨੇ ਅਤੇ ਰੀਸੈਂਟਲੀ ਬਾਲੀਵੁੱਡ ਅਦਾਕਾਰਾ ਕਾਜੋਲ ਵੀ ਸਿੰਗਾਪੁਰ ਮੈਡਮ ਤੁਸਾਰ ਮਿਊਜ਼ੀਅਮ ਦੇ ਵਿੱਚ ਆਪਣਾ ਵੈਕ ਸਟੈਚੂ ਦਾ ਇਨੋਗਰੇਸ਼ਨ ਕਰਨ ਪਹੁੰਚੇ ਜਿਸ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਨਾਇਸਾ ਵੀ ਨਜ਼ਰ ਆਏ। ਇਸ ਇਨੋਗਰੇਸ਼ਨ ਦੇ ਦੌਰਾਨ ਕਾਜੋਲ ਨੇ ਆਪਣੇ ਵੈਕ ਸਟੈਚੂ ਦੇ ਨਾਲ ਕਈ ਫੋਟੋਜ਼ ਵੀ ਖਿਚਾਈਆਂ ਜਿਸ ਦੇ ਦੌਰਾਨ ਕਾਜੋਲ ਨੂੰ ਲੱਗਾ ਕਿ ਉਹ ਆਪਣੇ ਵੈਕ ਸਟੈਚੂ ਤੋਂ ਥੋੜ੍ਹਾ ਜਿਹਾ ਜ਼ਿਆਦਾ ਮੋਟੇ ਲੱਗ ਰਹੇ ਨੇ ਅਤੇ ਉਸਦਾ ਮਜ਼ਾਕ ਉਡਾਉਂਦੇ ਹੋਏ ਕਾਜੋਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਵੈਕ ਸਟੈਚੂ ਥੋੜ੍ਹਾ ਜਿਹਾ ਫੋਟੋ ਐਡਿਟਡ ਕੀਤਾ ਗਿਆ ਹੈ। ਇਸ ਇਨੋਗਰੇਸ਼ਨ ਦੇ ਦੌਰਾਨ ਕਾਜਲ ਅਤੇ ਉਹਨਾਂ ਦੇ ਵੈਕ ਸਟੈਚੂ ਤੋਂ ਇਲਾਵਾ ਜਿਸ ਨੇ ਸਾਡਾ ਧਿਆਨ ਖਿੱਚਿਆ ਉਹ ਸੀ ਕਾਜੋਲ ਦੀ ਬੇਟੀ ਨਾਇਸਾ, ਜਿਨ੍ਹਾਂ ਨੇ ਆਪਣੀ ਮਦਰ ਦੇ ਨਾਲ ਇਹ ਈਵੈਂਟ ਅਟੈਂਡ ਕੀਤਾ ਅਤੇ ਇਸ ਈਵੈਂਟ ਤੋਂ ਬਾਅਦ ਕਾਜੋਲ ਨੇ ਆਪਣੀ ਬੇਟੀ ਦੀ ਇੱਕ ਪਿਕਚਰ ਸ਼ੇਅਰ ਕਰਦੇ ਹੋਏ ਉਸਨੂੰ ਕੈਪਸ਼ਨ ਦਿੱਤਾ ਵਿਦ ਮਾਈ ਲਿਟਲ ਗਰਲ ਔਨ ਆ ਰੈੱਡ ਕਾਰਪੇਟ ਫੋਰ ਦ ਫਸਟ ਟਾਈਮ ਅਤੇ ਇਸ ਈਵੈਂਟ ਦੇ ਵਿੱਚ ਕਾਜੋਲ ਦੀ ਬੇਟੀ ਐਗਜੈਕਟਲੀ ਉਹਨਾਂ ਵਰਗੇ ਲੱਗ ਰਹੇ ਸੀ। ਸੋ ਫਰੈਂਡਸ, ਹੁਣ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਕਾਜੋਲ ਦੇ ਵੈਕ ਸਟੈਚੂ ਬਾਰੇ ਅਤੇ ਇਹੋ ਜਿਹੀਆਂ ਹੋਰ ਇੰਟਰਸਟਿੰਗ ਬਾਲੀਵੁੱਡ ਐਂਡ ਬਾਲੀਵੁੱਡ ਇੰਡਸਟਰੀ ਦੇ ਨਾਲ ਰਿਲੇਟਡ ਨਿਊਜ਼ ਵੇਖਣ ਲਈ ਸਾਡੇ ਗਬਰੂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਚ।